ਸਾਡੇ ਕੋਲ ਪਾਤਰ ਸਾਹਿਬ ਵਰਗੇ ਵੱਡੇ ਸ਼ਾਇਰ ਨੇ, ਪਾਸ਼, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਸਾਡੇ ਰਹਿ ਚੁੱਕੇ ਨੇ, ਜਿਨ੍ਹਾਂ ਦੀ ਕਵਿਤਾ ਪੰਜਾਬੀ ਤੱਕ ਹੀ ਨਹੀਂ, ਸਾਡੇ ਪੰਜਾਬੀਆਂ ਦੇ ਬੱਚਿਆਂ ਤੱਕ ਹੀ ਨਹੀਂ, ਬਲਕਿ ਤਰਜਮਾ ਹੋ ਕੇ, ਟਰਾਂਸਲੇਟ ਹੋ ਕੇ ਹੋਰਨਾਂ ਜ਼ੁਬਾਨਾਂ ਤੱਕ ਜਾਂਦੀ ਹੈ ਔਰ ਅਸਰ ਰੱਖਦੀ ਹੈ, ਅਸਰ ਕਰਦੀ ਹੈ। ਕਿਸੇ ਵੇਲੇ ਬਹੁਤ ਰਹੇ, ਅੱਜ ਉਹ ਖੰਡਰ ਬਣੇ ਹੋਏ ਨੇ। ਤੁਸੀਂ ਪੁਰਾਣੇ ਕਿਲ੍ਹੇ ਦੇਖ ਲਓ, ਕਿਲ੍ਹਿਆਂ 'ਚ ਅੱਜ ਉੱਥੇ ਤੁਸੀਂ ਦੇਖੋਗੇ ਤਾਂ ਉਹ ਮਲੀਆ ਮੇਟ ਹੋਏ ਪਏ ਨੇ, ਪਰ ਜਿਹੜੇ ਪੀਰਾਂ ਫਕੀਰਾਂ ਕੋਲ ਕੁਛ ਨਹੀਂ ਸੀਗੀਆਂ, ਉਹਨਾਂ ਦੀਆਂ ਮਜ਼ਾਰਾਂ 'ਤੇ ਅੱਜ ਉਰਸ ਲੱਗਦੇ ਆ। ਅਮੀਰੀ ਤਾਂ ਦਿਲ ਦੀ ਹੁੰਦੀ ਹੈ, ਅਮੀਰੀ ਤਾਂ ਗੱਲਾਂ ਦੀ ਹੁੰਦੀ ਹੈ, ਅਮੀਰੀ ਤਾਂ ਗੀਤਾਂ ਦੀ ਹੁੰਦੀ ਹੈ, ਅਮੀਰੀ ਤਾਂ ਸਾਡੇ ਕੋਲ ਜਦੋਂ ਅਸੀਂ ਕਿਸੇ ਨੂੰ ਹੱਸ ਕੇ ਕੋਈ ਗੱਲ ਦੱਸਦੇ ਹਾਂ, ਕਿਸੇ ਨੂੰ ਉਦਾਹਰਣ ਦਿੰਦੇ ਹਾਂ, ਕਿਸੇ ਨੂੰ ਮਿਸਾਲ ਦਿੰਦੇ ਹਾਂ, ਕਿਸੇ ਨੂੰ ਖੁਸ਼ ਕਰਦੇ ਹਾਂ, ਕਿਸੇ ਨੂੰ ਕਹਿੰਦੇ ਹਾਂ ਵੀ ਚੱਕ ਵੀ ਚੱਲ ਜਵਾਨਾਂ, ਕੁਛ ਨਹੀਂ ਹੋਇਆ, ਕੁਛ ਨਹੀਂ ਵਿਗੜਿਆ ਤੇਰਾ। ਜੇ ਕਰੌਲਾ ਵੀ ਪੈ ਗਿਆ ਸੀ ਕਿ ਪੰਜਾਬ ਕਾ ਚੜ੍ਹਦੀ ਕਲਾ ਗਾਮ ਕਹਾਂ ਵਰਿਆ ਪਿੱਛੇ, ਉਹ ਕਿਉਂਕਿ ਚੜ੍ਹਦੀ ਕਲਾ ਅਸੀਂ ਬਹੁਤ ਦੂਰ ਤੱਕ ਸ਼ਬਦ ਪਹੁੰਚਾਤਾ। ਇਸ ਤਰ੍ਹਾਂ ਸਾਡੇ ਕੋਲ ਇੱਕ ਲੰਗਰ ਸ਼ਬਦ ਹੈ ਜਿਹੜਾ ਬਹੁਤ ਦੂਰ ਤੱਕ ਗਿਆ ਕਿ ਅਸੀਂ ਕਿਸੇ ਲੋੜਵੰਦ ਨੂੰ, ਭੁੱਖੇ ਨੂੰ ਜਦੋਂ ਅਸੀਂ ਭੋਜਨ ਛਕਾਉਂਦੇ ਹਾਂ, ਦਿਲ ਨਾਲ ਛਕਾਉਂਦੇ ਨਿਕਲ ਰਿਹਾ। ਤਾਂ ਪਾਤਰ ਸਾਹਿਬ ਨੇ ਕਿੰਨੇ ਸਾਲ ਪਹਿਲਾਂ ਹੀ ਇਹ ਗੱਲ ਲਿਖ ਦਿੱਤੀ ਸੀ ਕਿ ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ, ਜਦੋਂ ਦੇਸ਼ ਪਰਤਣਗੇ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਂ ਦੀ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਅੱਜ ਪੰਜਾਬ ਆਇਲਟਸ ਦਾ ਸ਼ਿਕਾਰ ਹੋ ਰਿਹਾ, ਅਤੇ ਤੁਸੀਂ ਦੇਖੋ ਸਾਹਿਬ ਪਾਤਰ ਸਾਹਿਬ ਨੇ ਕਿੰਨੇ ਪਹਿਲਾਂ। ਪਿਛਲੇ ਦਿਨੀ ਪੰਜਾਬ ਦੇ ਵੱਡੇ ਸ਼ਾਇਰ, ਜਿਨ੍ਹਾਂ ਨੂੰ ਪੰਜਾਬੀ ਸਾਹਿਤ ਦਾ ਬਾਬਾ ਬੋਰਡ ਵੀ ਕਿਹਾ ਜਾਂਦਾ, ਸੁਰਜੀਤ ਪਾਤਰ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਨੇ, ਉਹਨਾਂ ਨੂੰ ਤਮਾਮ ਦੁਨੀਆ ਦੇ ਵਿੱਚ ਵੱਸਦੇ ਪੰਜਾਬੀਆਂ ਦੇ ਵੱਲੋਂ ਨਿੱਘੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਅੱਜ ਅਸੀਂ ਗੱਲ ਕਰਾਂਗੇ ਐਡੇ ਵੱਡੇ ਸ਼ਾਇਰਾਂ ਦਾ, ਕਿਸੇ ਜ਼ੁਬਾਨ ਦੇ ਵਿੱਚ ਪੈਦਾ ਹੋਣਾ ਉਹਦਾ ਕੀ ਮਹੱਤਵ ਹੈ, ਕਿਸੇ ਜ਼ੁਬਾਨ ਦੇ ਕੋਲ ਇੰਨਾ ਵੱਡਾ ਸਾਹਿਤ ਹੋਣਾ, ਬਹੁਤ ਕੁਛ ਹੈ ਕਹਿਣ ਨੂੰ। ਪਰ ਇਕੱਲੇ ਸਾਹਿਤ 'ਤੇ ਅਸੀਂ ਕੇਂਦਰਿਤ ਰਹੀਏ ਤਾਂ ਸਾਹਿਤ ਦੇ ਵਿੱਚ ਵੀ ਬਹੁਤ ਕੁਛ ਹੈ। ਇਹ ਸਾਰਾ ਕੁਛ ਹੋਣਾ, ਐਡੇ ਐਡੇ ਸ਼ਾਇਰ ਹੋਣਾ, ਐਡੇ ਮਹਾਨ ਆਦਮੀ ਹੋਣਾ, ਕਿੰਨਾ ਕੁ ਉਸਦਾ ਮਹੱਤਵ ਹੈ। ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਮੌਜੂਦ ਰਹਿਣਗੇ ਪ੍ਰੋਫੈਸਰ ਬਲਵਿੰਦਰ ਸਿੰਘ। ਪ੍ਰੋਫੈਸਰ ਬਲਵਿੰਦਰ ਸਿੰਘ ਮੀਡੀਆ ਖੇਤਰ ਦੇ ਨਾਲ ਵੀ ਜੁੜੇ ਰਹੇ ਨੇ ਔਰ ਹੁਣ ਅਧਿਆਪਨ ਦੇ ਖੇਤਰ ਦੇ ਨਾਲ ਜੁੜੇ ਹੋਏ ਨੇ। ਸਰ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ, ਸ਼ੁਕਰੀਆ ਤੁਹਾਡਾ ਬਹੁਤ ਸਰ। ਜਿਸ ਤਰ੍ਹਾਂ ਪਾਤਰ ਸਾਹਿਬ ਬਾਰੇ ਜ਼ਿਕਰ ਕਰਦੇ ਹਾਂ ਜੀ, ਕੋਈ ਵੀ ਕਵਿਤਾ ਉਹਨਾਂ ਦੀ ਅਸੀਂ ਲੈਂਦੇ ਹਾਂ ਕਿ ਚਾਹੇ ਆਈ ਪੱਤ ਝੜ ਤਾਂ ਫੇਰ ਕੀ ਹੈ, ਤੂੰ ਆਉਂਦੀ ਰੁੱਤ 'ਚ ਯਕੀਨ ਰੱਖੀ, ਮੈਂ ਲੱਭ ਕੇ ਕਿਤਿਓਂ ਲਿਆਉਣਾ ਕਲਮਾ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਉੱਥੋਂ ਸ਼ੁਰੂ ਕਰਦੇ ਹਾਂ ਅਸੀਂ, ਇੱਕ ਹੌਂਸਲੇ ਦੀ ਗੱਲ ਕਰਦੇ ਹੋ, ਅੱਗੇ ਅਸੀਂ ਵੱਧਦੇ ਹਾਂ ਤਾਂ ਅਦਾਲਤਾਂ ਦਾ ਵੀ ਆਪਣੀ ਕਵਿਤਾ ਦੇ ਵਿੱਚ ਉਹ ਜ਼ਿਕਰ ਕਰ ਜਾਂਦੇ ਨੇ, ਫਿਰ ਉਹ ਸਿਸਟਮ ਦਾ ਵੀ ਜ਼ਿਕਰ ਕਰਦੇ ਨੇ, ਫਿਰ ਉਹ ਕਹਿੰਦੇ ਨੇ ਜੇ ਚੁੱਪ ਰਿਹਾ ਤਾਂ ਹਨੇਰਾ ਜਰੇਗਾ, ਕਿ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਅਤੇ ਇਹ ਸਰ ਤਮਾਮ ਇਹਨਾਂ ਦੀ ਇੱਕ ਵੱਡੀ ਕਵਿਤਾ ਰਹੀ ਹੈ। ਸਾਰੀ ਕਵਿਤਾ ਹਰ ਪੰਜਾਬੀ ਤੱਕ ਰੀਚ ਵੀ ਕੀਤੀ ਉਸਨੇ, ਸਕੂਲਾਂ ਦੇ ਵਿੱਚ ਸਿਲੇਬਸ ਦੇ ਵਿੱਚ ਵੀ ਕੁਛ ਕਵਿਤਾਵਾਂ ਲਗਾਈਆਂ, ਪਰ ਇੱਕ ਕਹਿੰਦੇ ਕਿ ਈਜ਼ੀਲੀ ਕਵਿਤਾ ਦਾ ਪਾਠਕ ਤੱਕ ਪਹੁੰਚ ਜਾਣਾ ਵੀ ਬੜਾ ਅਹਿਮੀਅਤ ਹੁੰਦਾ, ਉਹ ਸਾਰੇ ਐਡੇ ਵੱਡਾ ਜਿਹੜਾ ਸਫ਼ਰ ਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਤੁਸੀਂ ਜਿਹੜੀ ਗੱਲ ਸ਼ੁਰੂ ਕੀਤੀ ਵੀ ਜਿਹੜੇ ਸ਼ਾਇਰ ਨੇ ਉਹ ਕਿਸੇ ਜ਼ੁਬਾਨ ਦਾ ਸਰਮਾਇਆ ਹੁੰਦੇ ਨੇ, ਨੋ ਡਾਊਟ। ਜਿਸ ਜ਼ੁਬਾਨ ਕੋਲ ਕਲਾਕਾਰ ਨਹੀਂ, ਸ਼ਾਇਰ ਨਹੀਂ, ਦਾਨਿਸ਼ਵਰ ਨਹੀਂ, ਸਿਰਜਕ ਨਹੀਂ, ਫਿਲੋਸਫਰ ਨਹੀਂ, ਉਹ ਜ਼ੁਬਾਨ ਗਰੀਬੜੀ ਜੀ ਹੋ ਜਾਂਦੀ ਹੈ, ਜਾਂ ਉਹ ਜ਼ੁਬਾਨ ਕੋਲ ਕਹਿ ਸਕਦੇ ਹਾਂ ਕਿ ਉਹਨਾਂ ਕੋਲ ਕੋਈ ਲੰਬਾ ਇਤਿਹਾਸ ਜਾਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸੁਣਾਉਣ ਵਾਸਤੇ ਬਹੁਤਾ ਕੁਛ ਨਹੀਂ ਹੋਏਗਾ। ਜੇ ਸਾਡੇ ਕੋਲ ਪਾਤਰ ਸਾਹਿਬ ਵਰਗੇ ਵੱਡੇ ਸ਼ਾਇਰ ਨੇ, ਪਾਸ਼, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਸਾਡੇ ਰਹਿ ਚੁੱਕੇ ਨੇ, ਜਿਨ੍ਹਾਂ ਦੀ ਕਵਿਤਾ ਪੰਜਾਬੀ ਤੱਕ ਹੀ ਨਹੀਂ, ਸਾਡੇ ਪੰਜਾਬੀਆਂ ਦੇ ਬੱਚਿਆਂ ਤੱਕ ਹੀ ਨਹੀਂ, ਬਲਕਿ ਤਰਜਮਾ ਹੋ ਕੇ, ਟਰਾਂਸਲੇਟ ਹੋ ਕੇ ਹੋਰਨਾਂ ਜ਼ੁਬਾਨਾਂ ਤੱਕ ਜਾਂਦੀ ਹੈ ਔਰ ਅਸਰ ਰੱਖਦੀ ਹੈ, ਅਸਰ ਕਰਦੀ ਹੈ। ਤਾਂ ਅਸੀਂ ਖੁਸ਼ਕਿਸਮਤ ਹਾਂ ਵੀ ਸਾਡੇ ਕੋਲ ਇੰਨੇ ਵੱਡੇ ਸ਼ਾਇਰ ਨੇ, ਸਾਡੇ ਕੋਲ ਇੰਨੇ ਵੱਡੇ ਦਾਨਿਸ਼ਵਰ ਲੋਕ ਨੇ, ਸਾਡੇ ਕੋਲ ਇੰਨੇ ਵੱਡੇ ਸਿਰਜਕ ਲੋਕ ਨੇ।
ਅਤੇ ਇਹ ਸਾਡਾ ਸਰਮਾਇਆ ਨੇ, ਇਹ ਸਾਡੇ ਬੱਚਿਆਂ ਵਾਸਤੇ, ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਇੱਕ ਰਾਹ ਦਸੇਰਾ ਨੇ, ਜਿਨ੍ਹਾਂ ਦੀਆਂ ਨਜ਼ਮਾਂ, ਗਜ਼ਲਾਂ, ਕਵਿਤਾਵਾਂ ਪੜ੍ਹ ਪੜ੍ਹ ਕੇ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਪੁੱਤਰੋ ਸਾਡੇ ਕੋਲ ਆਹ ਹੈਗਾ, ਸਾਡੇ ਕੋਲ ਸਰਮਾਇਆ ਹੈਗਾ, ਔਰ ਅਸੀਂ ਕੋਈ ਗਰੀਬੜੀ ਜ਼ੁਬਾਨ ਦੇ ਵਛਿੰਦੇ ਨਹੀਂ ਹੈਗੇ, ਅਸੀਂ ਅਮੀਰ ਖਜ਼ਾਨਾ ਰੱਖਿਆ ਹੋਇਆ ਸਾਡੇ ਕੋਲ। ਮੈਨੂੰ ਲੱਗਦਾ ਕਿ ਐਡੇ ਮਹਾਨ ਜਿਹੜੇ ਫਨਕਾਰ, ਮਹਾਨ ਜਿਹੜੇ ਆਰਟਿਸਟ ਨੇ, ਕਲਾਕਾਰ ਨੇ, ਜਿਹੜੇ ਇੰਨੀ ਮਹਾਨ ਸਿਰਜਣਾ ਕਰਦੇ ਨੇ, ਜਿਹੜੇ ਗਾਗਰ 'ਚ ਸਾਗਰ ਭਰਨ ਵਾਲੀ ਗੱਲ ਕਰਦੇ ਨੇ, ਅਤੇ ਬਾਕੀ ਜਿਹੜਾ ਇੱਕ ਤਾਂ ਪੈਸੇ ਦੀ ਅਮੀਰੀ ਗਰੀਬੀ ਤੋਂ ਦੇਖਿਆ ਜਾਂਦਾ ਕਿ ਕੋਈ ਕੌਮ ਕਿੰਨੀ ਕੁ ਅਮੀਰ ਆ, ਉਹਦੇ ਕੋਲ ਕਿੰਨਾ ਕੁ ਪੈਸਾ। ਮੈਨੂੰ ਲੱਗਦਾ ਪੰਜਾਬੀ ਵੀ ਫਿਰ ਇਸ ਗੱਲੋਂ ਕਿਤੇ ਪਿੱਛੇ ਨਹੀਂ ਹੈਗੇ, ਉਹਨਾਂ ਦੇ ਕੋਲ ਜਿਹੜਾ ਖਜ਼ਾਨਾ ਪਿਆ ਹੈਗਾ। ਦੇਖੋ, ਜਿਹੜੇ ਪੈਸੇ ਜਾਂ ਜਾਇਦਾਦਾਂ ਦੀ ਗੱਲ ਆ, ਉਹ ਤਾਂ ਬਹੁਤ ਸਾਰੀਆਂ ਕੌਮਾਂ ਕੋਲ ਕਿਸੇ ਵੇਲੇ ਬਹੁਤ ਰਿਹਾ, ਜੋ ਖੰਡਰ ਬਣੇ ਹੋਏ ਨੇ। ਤੁਸੀਂ ਪੁਰਾਣੇ ਕਿਲ੍ਹੇ ਦੇਖ ਲਓ, ਕਿਲ੍ਹਿਆਂ 'ਚ ਅੱਜ ਉੱਥੇ ਤੁਸੀਂ ਦੇਖੋਗੇ ਤਾਂ ਉਹ ਮਲੀਆ ਮੇਟ ਹੋਏ ਪਏ ਨੇ, ਪਰ ਜਿਹੜੇ ਪੀਰਾਂ ਫਕੀਰਾਂ ਕੋਲ ਕੁਛ ਨਹੀਂ ਸੀਗੀਆਂ, ਉਹਨਾਂ ਦੀਆਂ ਮਜ਼ਾਰਾਂ 'ਤੇ ਅੱਜ ਉਰਸ ਲੱਗਦੇ ਆ, ਉੱਥੇ ਲੋਕ ਚੜ੍ਹਾਵਾ ਚੜ੍ਹਦੇ ਆ, ਅਤੇ ਉਹ ਦਰਗਾਹਾਂ ਮਤਲਬ ਬਾ ਕਮਾਲ ਨੇ। ਇਸ ਲਈ ਇਹ ਨਹੀਂ ਕਿ ਕਿਸੇ ਕੌਮ ਕੋਲ ਕਿੰਨਾ ਪੈਸਾ, ਪੈਸਾ ਇਸ ਨੂੰ ਮਈਅਰ ਨਹੀਂ, ਕੌਮ ਦਾ ਪੈਸਾ ਜਾਂ ਸਰਮਾਇਆ ਜੇ ਤੁਸੀਂ ਉਹਨੂੰ ਕਨਵਰਟ ਕਰ ਲਓ, ਵੀ ਤੁਹਾਡੇ ਕੋਲ ਤੁਹਾਡੀ ਫਕੀਰੀ, ਤੁਹਾਡੇ ਕੋਲ ਫਿਲੋਸਫੀ, ਤੁਹਾਡੇ ਐਥਿਕਸ, ਤੁਹਾਡੇ ਮੁੱਲ ਪ੍ਰਬੰਧ, ਤੁਹਾਡੇ ਤੁਹਾਡੇ ਬੱਚਿਆਂ ਨੂੰ ਦੱਸਣ ਲਈ, ਉਹਨਾਂ ਨੂੰ ਅੱਗੇ ਤੋਰ ਲਈ ਕਿਹੜੀਆਂ ਮਤਲਬ ਅੱਛੀਆਂ ਪਿਰਤਾਂ ਪਈਆਂ ਨੇ ਤੁਹਾਡੇ ਕੋਲ, ਤੁਹਾਡੇ ਰੀਤੀ ਰਿਵਾਜ਼, ਤੁਹਾਡੀ ਲੋਕ ਧਾਰਾ, ਤੁਹਾਡਾ ਲੋਕ ਸੰਗੀਤ, ਤੁਹਾਡਾ ਸੰਗੀਤ, ਤੁਹਾਡੀ ਕਹਾਣੀ, ਤੁਹਾਡਾ ਨਾਵਲ, ਨਾਟਕ, ਜੇ ਹੈਗਾ ਅਮੀਰ ਆ ਤਾਂ ਉਹ ਕੌਮ ਅਮੀਰ ਆ। ਇਕੱਲੀ ਗੱਡੀਆਂ, ਬ੍ਰਾਂਡਾਂ, ਜਾਇਦਾਦਾਂ, ਕੋਠੀਆਂ, ਇਹ ਕੋਈ ਬਹੁਤਾ, ਇਹ ਇੱਕ ਪੱਛਮ ਦਾ ਪੂੰਜੀਵਾਦ ਦਾ ਇੱਕ ਹਲਕਾ ਜਿਹਾ ਮਤਲਬ ਇੱਕ ਉਛਾਲ ਹੈ, ਵਰਨਾ ਅਮੀਰੀ ਤਾਂ ਦਿਲ ਦੀ ਹੁੰਦੀ ਆ, ਅਮੀਰੀ ਤਾਂ ਗੱਲਾਂ ਦੀ ਹੁੰਦੀ ਆ, ਅਮੀਰੀ ਤਾਂ ਗੀਤਾਂ ਦੀ ਹੁੰਦੀ ਆ, ਅਮੀਰੀ ਤਾਂ ਸਾਡੇ ਕੋਲ ਜਦੋਂ ਅਸੀਂ ਕਿਸੇ ਨੂੰ ਹੱਸ ਕੇ ਕੋਈ ਗੱਲ ਦੱਸਦੇ ਹਾਂ, ਕਿਸੇ ਨੂੰ ਉਦਾਹਰਣ ਦਿੰਦੇ ਹਾਂ, ਕਿਸੇ ਨੂੰ ਮਿਸਾਲ ਦਿੰਦੇ ਹਾਂ, ਕਿਸੇ ਨੂੰ ਖੁਸ਼ ਕਰਦੇ ਹਾਂ, ਕਿਸੇ ਨੂੰ ਕਹਿੰਦੇ ਹਾਂ ਵੀ ਚੱਕ ਵੀ ਚੱਲ ਜਵਾਨਾਂ, ਕੁਛ ਨਹੀਂ ਹੋਇਆ, ਕੁਛ ਨਹੀਂ ਵਿਗੜਿਆ ਤੇਰਾ, ਜਦੋਂ ਅਸੀਂ ਚੜ੍ਹਦੀ ਕਲਾ ਵਰਗੇ ਸ਼ਬਦ ਰੱਖਦੇ ਹਾਂ ਵੀ ਯਾਰ ਕੀ ਕਿਵੇਂ ਹੋ, ਚੜ੍ਹਦੀ ਕਲਾ, ਇਹ ਤੁਹਾਡਾ ਸਰਮਾਇਆ। ਹੁਣ ਤੁਸੀਂ ਚੜ੍ਹਦੀ ਕਲਾ ਨੂੰ ਜੇ ਦੂਸਰੀਆਂ ਭਾਸ਼ਾਵਾਂ 'ਚ ਟ੍ਰਾਂਸਲੇਟ ਕਰੋ ਤਾਂ ਔਖਾ ਹੋ ਜਾਂਦਾ ਵੀ ਯਾਰ ਇਹ ਕਿਹੜਾ ਸ਼ਬਦ ਆ, ਪਰ ਜਦੋਂ ਸਾਡੇ ਕੋਲ ਆਉਂਦਾ, ਅਸੀਂ ਜਦੋਂ ਮੋਰਚੇ ਲਾਉਂਦੇ ਹਾਂ, ਸਾਡੇ ਕਿਸਾਨ ਧਰਨੇ ਦਿੰਦੇ ਨੇ, ਹੈ ਨਾ, ਸਾਡੇ ਅਧਿਆਪਕ ਅਤੇ ਤਕਰੀਰ ਕਰਦੇ ਆ, ਕੋਈ ਅੱਛੀ ਗੱਲ ਦੱਸਦੇ ਆ, ਅਤੇ ਉਹ ਜਦੋਂ ਇਸ ਤਰ੍ਹਾਂ ਦੇ ਸ਼ਬਦ ਵੀ ਫਤਿਹ ਚਾਹੇ ਖੁਸ਼ ਹਾਂ, ਖੁਸ਼ ਦਿਲਾਂ, ਚੜ੍ਹਦੀ ਮਹਾਨ ਸ਼ਬਦ, ਹਾਂ, ਇਹ ਤੁਹਾਡੀ ਰੌਲਾ ਜੀ ਮੀਡੀਆ ਚੈਨਲਾਂ 'ਤੇ ਪਿੱਛੇ ਜੇ ਕਰੌਲਾ ਵੀ ਪੈ ਗਿਆ ਸੀ ਕਿ ਪੰਜਾਬ ਕਾ ਚੜ੍ਹਦੀ ਕਲਾ ਗਾਮ ਕਹਾਂ ਵਾਰਿਆ ਪਿੱਛੇ, ਉਹ ਕਿਉਂਕਿ ਚੜ੍ਹਦੀ ਕਲਾ ਅਸੀਂ ਬਹੁਤ ਦੂਰ ਤੱਕ ਸ਼ਬਦ ਪਹੁੰਚਾਤਾ। ਇਸ ਤਰ੍ਹਾਂ ਸਾਡੇ ਕੋਲ ਇੱਕ ਲੰਗਰ ਸ਼ਬਦ ਆ ਜਿਹੜਾ ਬਹੁਤ ਦੂਰ ਤੱਕ ਗਿਆ ਕਿ ਅਸੀਂ ਕਿਸੇ ਲੋੜਵੰਦ ਨੂੰ, ਭੁੱਖੇ ਨੂੰ ਜਦੋਂ ਅਸੀਂ ਭੋਜਨ ਛਕਾਉਂਦੇ ਹਾਂ, ਦਿਲ ਨਾਲ ਛਕਾਉਂਦੇ ਹਾਂ, ਔਰ ਸੇਵਾ ਦਾ ਸ਼ਬਦ, ਮਤਲਬ ਇਹ ਸ਼ਬਦ ਸਾਡੇ ਕੋਲ ਐਸੇ ਨੇ ਜਿਹਦੀ ਜੇ ਤੁਸੀਂ ਹਿਸਟਰੀ ਸੁਣਾਓ ਤਾਂ ਵੱਡੀ ਹੈ, ਅਤੇ ਜੇ ਤੁਸੀਂ ਇਸ ਨੂੰ ਟ੍ਰਾਂਸਲੇਟ ਕਰੋ ਤਾਂ ਤੁਸੀਂ ਕਹੋਗੇ ਯਾਰ ਇਹ ਦੂਸਰੀ ਭਾਸ਼ਾ 'ਚ ਟ੍ਰਾਂਸਲੇਟ ਨਹੀਂ ਹੋਏਗਾ। ਚੜ੍ਹਦੀ ਕਲਾ ਨੂੰ ਟ੍ਰਾਂਸਲੇਟ ਨਹੀਂ ਕਰ ਸਕਦੇ, ਨਿਸ਼ਕਾਮ ਸੇਵਾ ਨੂੰ ਨਹੀਂ ਕਰ ਸਕਦੇ, ਲੰਗਰ ਨੂੰ ਤੁਸੀਂ ਕਿਵੇਂ ਕਰ ਲਉਂਗੇ ਟ੍ਰਾਂਸਲੇਟ। ਕਮਿਊਨਿਟੀ ਕਿਚਨ ਲੋਕ ਵਰਤਦੇ ਤਾਂ ਹੈਗੇ ਨੇ, ਪਰ ਕਮਿਊਨਿਟੀ ਕਿਚਨ ਹੋਰ ਤਰ੍ਹਾਂ ਦਾ ਸ਼ਬਦ ਆ, ਫਤਿਹ, ਹਰ ਮੈਦਾਨ ਫਤਿਹ, ਉਹ ਰਾਸੀ ਨਹੀਂ ਰਹਿਣਾ ਹੋਰ ਭਾਸ਼ਾ ਦੀ। ਹੁਣ ਤੁਸੀਂ ਦੇਖੋ ਫਿਲਮ ਵਾਲਿਆਂ ਨੇ ਚੱਕਿਆ ਸੀ ਹਰ ਮੈਦਾਨ ਫਤਿਹ ਜਾਂ ਚੱਕ ਦੇ ਫੱਟੇ, ਹੁਣ ਇਹ ਜਿਹੜੇ ਤੁਹਾਡੇ ਮੁਹਾਵਰੇ ਆ ਜਾਂ ਤੁਹਾਡੀਆਂ ਲੋਕੋਕਤੀਆਂ ਨੇ ਜਾਂ ਤੁਹਾਡੀਆਂ ਅਖਾਣਾਂ ਨੇ, ਇਹ ਤੁਹਾਡਾ ਸਰਮਾਇਆ। ਅਤੇ ਜੇ ਸ਼ਾਇਰ ਜਿਹੜੇ ਪਾਤਰ ਸੁਰਜੀਤ ਪਾਤਰ ਸਾਹਿਬ ਵਰਗੇ ਜਾਂ ਪਾਸ਼ ਸਾਡਾ ਵੱਡਾ ਸ਼ਿਵ ਕੁਮਾਰ ਸਾਡੇ ਵੱਡੇ ਸ਼ਾਇਰ ਨੇ, ਪ੍ਰੋਫੈਸਰ ਪੂਰਨ ਸਿੰਘ, ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਉਸ ਤੋਂ ਪਹਿਲਾਂ ਚਲੇ ਜਾਓ ਬਾਬਾ ਨਾਨਕ ਸਾਹਿਬ, ਬੁੱਲੇ ਸ਼ਾਹ ਸਾਹਿਬ, ਸੂਫੀਆਂ ਦਾ ਦੌਰ ਆ, ਬਾਬਾ ਫਰੀਦ, ਸਾਡੀ ਗੋਰਖਨਾਥ ਤੋਂ ਸਾਡੀ ਪੰਜਾਬੀ ਪੋਇਟਰੀ ਸ਼ੁਰੂ ਹੁੰਦੀ ਆ, ਪਿਰਤ ਪੈਂਦੀ ਆ, ਅਤੇ ਹੁਣ ਨਵੇਂ ਸ਼ਾਇਰਾਂ ਤੱਕ ਪੁੱਜ ਜਾਂਦੀ ਆ, ਅਤੇ ਸਾਡੇ ਕੋਲ ਵੱਡਾ ਸਰਮਾਇਆ।
ਅਤੇ ਜੇ ਪਾਤਰ ਸਾਹਿਬ ਹੋਰੀ ਜਿਸ ਕਿਸਮ ਦੀਆਂ ਪਿਰਤਾਂ ਪਾ ਕੇ ਚਲੇ ਗਏ ਤਾਂ ਸਾਡੇ ਅਗਲੇ ਦਾਨਸ਼ਵਰਾਂ ਨੂੰ ਅਗਲੇ ਸ਼ਾਇਰਾਂ ਨੂੰ ਉਹਨਾਂ ਪਿਰਤਾਂ ਤੋਂ ਵੀ ਅੱਗੇ ਜਾਣਾ ਪਏਗਾ। ਸ਼ਾਇਰ ਮਤਲਬ ਇੰਨਾ ਸਿੰਪਲ ਨਹੀਂ ਹੁੰਦਾ ਕਿ ਤੁਸੀਂ ਕੋਈ ਵੀ ਗੱਲ ਲਿਖਤੀ ਅਤੇ ਪਾਤੀ ਪੋਸਟ ਕਰਤੀ ਅਤੇ ਵਾਹ ਇੱਦਾਂ ਨਹੀਂ ਹੋਏਗਾ, ਲੋਕ ਤੁਹਾਨੂੰ ਪੁੱਛਣਗੇ, ਵੈਲਿਊ ਪਾਉਣਗੇ ਵੀ ਤੇਰੀ ਪੋਇਟਰੀ ਪਾਤਰ ਸਾਹਿਬ ਤੋਂ ਅੱਗੇ ਜਾਂਦੀ ਆ, ਤੇਰੀ ਗੱਲ ਪਾਤਰ ਸਾਹਿਬ ਤੋਂ ਅੱਗੇ ਤੁਰਦੀ ਆ ਤਾਂ ਲਿਖ, ਨਹੀਂ ਤਾਂ ਨਾ ਲਿਖ। ਜਾਂ ਕੋਈ ਆਪਣਾ ਰਸਤਾ ਹੈ। ਹਾਂ, ਪਾਤਰ ਸਾਹਿਬ ਦੇ ਰਸਤੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜੀ, ਉਹ ਆਪਣੀ ਕਵਿਤਾ ਦੇ ਵਿੱਚ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਆਓ ਉਦਾਸ ਦੋਸਤ ਤੋਂ ਮਿਲ ਕੇ ਬੈਠੀਏ, ਮਿਲਣ ਬਿਨਾਂ ਉਦਾਸੀ ਦਾ ਕੋਈ ਹੱਲ ਨਹੀਂ ਹੈ। ਉਸ ਤੋਂ ਬਾਅਦ ਦਿਖਾਂਤ ਦੀ ਵੀ ਉਹ ਗੱਲ ਕਰਦੇ ਨੇ, ਉਦਾਸੀ ਦੀ ਵੀ ਜ਼ਿਕਰ ਕਰ ਰਹੇ ਨੇ, ਉਹ ਰੋਮਾਂਸ ਦੀ ਵੀ ਗੱਲ ਕਰ ਰਹੇ ਨੇ, ਉਹ ਸਿਸਟਮ 'ਤੇ ਵੀ ਟਾਕਸ਼ ਕਰਨ ਦੀ ਗੱਲ ਕਰਦੇ ਨੇ, ਉਹ ਸਾਰਾ ਦਾਇਰਾ ਕਿਵੇਂ ਹੈ ਜੀ ਸ਼ਾਇਰੀ ਦਾ ਜੋ ਪਾਤਰ ਸਾਹਿਬ ਦੀ ਰਚਨਾ? ਦੇਖੋ, ਅੱਛੀ ਸ਼ਾਇਰੀ ਅੱਛੀ ਕਵਿਤਾ ਹੁੰਦੀ ਹੈ ਜਿਹੜੇ ਤੁਹਾਡੇ ਮੌਜੂਦਾ ਮਸਲਿਆਂ ਦੀ ਗੱਲ ਕਰੇ, ਤੁਹਾਡੇ ਲੰਘੇ ਹੋਏ ਪਾਸਟ ਦੀ ਗੱਲ ਕਰੇ, ਤੁਹਾਡੇ ਨਵੀਂ ਜਨਰੇਸ਼ਨ ਦਾ ਫਿਊਚਰ ਕਿਸ ਕਿਸਮ ਦਾ, ਉਹ ਕਿੰਨਾ ਸੁਖਾਂਤ 'ਚ ਜਾਏਗਾ ਜਾਂ ਦੁਖਾਂਤ ਜਾਏਗਾ, ਜਾਂ ਮੰਨ ਲਓ ਸਪੋਜ਼ ਕਰੋ ਪੰਜਾਬ ਹੁਣ ਬਾਹਰ ਨੂੰ ਨਿਕਲ ਰਿਹਾ, ਤਾਂ ਪਾਤਰ ਸਾਹਿਬ ਨੇ ਕਿੰਨੇ ਸਾਲ ਪਹਿਲਾਂ ਹੀ ਇਹ ਗੱਲ ਲਿਖ ਦਿੱਤੀ ਸੀ ਕਿ ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ, ਜਦੋਂ ਦੇਸ਼ ਪਰਤਣਗੇ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਂ ਦੀ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਅੱਜ ਪੰਜਾਬ ਐਲਟਸ ਦਾ ਸ਼ਿਕਾਰ ਹੋ ਰਿਹਾ, ਅਤੇ ਤੁਸੀਂ ਦੇਖੋ ਪਾਤਰ ਸਾਹਿਬ ਨੇ ਕਿੰਨੇ ਪਹਿਲਾਂ ਉਹਨਾਂ ਨੇ ਹਰ ਮੁੱਦੇ 'ਤੇ ਹਰ ਇਸ਼ੂ 'ਤੇ। ਅਸਲ ਦੇ ਵਿੱਚ ਕੀ ਹੁੰਦਾ, ਜਿਹੜਾ ਸ਼ਾਇਰ ਆ ਉਹ ਇੱਕ ਸਮਾਜ ਦਾ ਵਸ਼ਿੰਦਾ ਪਹਿਲਾਂ ਹੁੰਦਾ, ਸਮਾਜ ਦੇ ਵਿੱਚ ਰਹਿੰਦਿਆਂ ਚੰਗੇ ਮਾੜੇ ਨੂੰ ਦੇਖਦਾ, ਫਿਰ ਉਹਦੀ ਜਿਹੜੀ ਆਪਦੀ ਕਲਾ ਹੈ, ਜਿਹੜੀ ਉਹਦੀ ਆਪਦੀ ਨਿਆਮਤ ਹੈ, ਜਿਹੜੀ ਉਹਦੀ ਸਿਰਜਣਾ ਹੈ, ਉਹਦੇ ਵਿੱਚੋਂ ਲੰਘਾ ਕੇ ਫਿਰ ਉਹ ਇੱਕ ਪੋਇਟਰੀ ਜਾਂ ਸ਼ਾਇਰੀ ਸਿਰਜਦਾ। ਇਹੀ ਕਮਾਲ ਹੁੰਦਾ। ਵੱਡੀ ਗੱਲ, ਉਹ ਮਸਲਿਆਂ 'ਚ ਤਾਂ ਅਸੀਂ ਵੀ ਉਲਝੇ ਹੁੰਦੇ ਹਾਂ, ਅਸੀਂ ਵੀ ਉਹਨਾਂ ਮਸਲਿਆਂ 'ਚ ਉਲਝੇ ਹੁੰਦੇ ਹਾਂ ਵੀ ਚਲੋ ਵਿਦੇਸ਼ 'ਚ ਗਿਆ, ਮਾਂ ਨੂੰ ਭੁੱਲ ਗਿਆ, ਟਰੱਕਾਂ ਦੇ ਪਿੱਛੇ ਲੈ ਗਏ ਕਿ ਦੁੱਧ ਪੁੱਤ ਦੁੱਧ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆਂ ਮਾਵਾਂ। ਹੁਣ ਇਹ ਲਾਈਨ ਸਾਨੂੰ ਸਭ ਨੂੰ ਪਤਾ, ਸਿਸਟਮ ਦੇ ਸ਼ਿਕਾਰ ਆ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸਾਨੂੰ ਪਤਾ ਵੀ ਅਦਾਲਤੀ ਵਿਵਸਥਾ ਕਿੰਨੀ ਡਿਲੇ ਕਰਦੀ ਆ, ਬੰਦੇ ਮਰ ਜਾਂਦੇ ਨੇ, ਇਨਸਾਫ ਨਹੀਂ ਮਿਲਦਾ ਮਤਲਬ। ਜਾਂ ਫਿਰ ਉਹ ਕਹਿੰਦਾ ਸੀ ਵੀ ਜੋ ਯਾਰ ਮੇਰੇ ਜੋ ਅਹਿਸਾਸ 'ਤੇ ਮਰ ਗਏ, ਕਿ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ, ਜੇ ਮੈਂ ਕੁਝ ਨਾ ਕਿਹਾ, ਜੇ ਮੈਂ ਚੁੱਪ ਹੀ ਰਿਹਾ, ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ। ਹੁਣ ਜੇ ਸ਼ਾਇਰ ਸੱਚ ਨਹੀਂ ਬੋਲਦਾ, ਜੇ ਸ਼ਾਇਰ ਸਮੇਂ ਦੇ ਸਿਆਸਤਾਂ ਨਾਲ ਨਹੀਂ ਲੜ ਪਾ ਰਿਹਾ, ਜਿਵੇਂ ਪਿਛਲੇ ਦਿਨ ਪੂਰਾ ਪੰਜਾਬ ਕਿਹਾ, ਪੂਰਾ ਹਿੰਦੁਸਤਾਨ ਇਸ ਗੱਲ 'ਤੇ ਇਸ ਗੱਲ 'ਚੋਂ ਨਿਕਲ ਰਿਹਾ ਕਿ ਸੱਚ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ, ਹੈ ਨਾ। ਸੱਚ ਬੋਲਣ ਵਾਲਿਆਂ ਨੂੰ ਜੇਲ੍ਹਾਂ ਕਟਹਿਰਿਆਂ 'ਚ ਤੁੰਨਿਆ ਜਾ ਰਿਹਾ। ਤਾਂ ਪਾਤਰ ਸਾਹਿਬ ਨੇ ਬਹੁਤ ਪਹਿਲਾਂ ਕਹਿ ਦਿੱਤਾ ਸੀ ਵੀ ਜੇ ਮੈਂ ਕੁਛ ਨਾ ਕਿਹਾ, ਠੀਕ ਆ। ਅਤੇ ਇਸ ਕਿਸਮ ਦੀਆਂ ਵਿਵਸਥਾਵਾਂ ਨੇ, ਜਾਂ ਕੋਈ ਡਾਲੀਆਂ ਜੋ ਲੰਘਿਆ ਹਵਾ ਬਣ ਕੇ ਮੁਹੱਬਤਾਂ ਦੀ ਗੱਲ ਕਰਦੇ ਆ, ਜਾਂ ਇੱਕ ਥਾਂ 'ਤੇ ਉਹ ਲਿਖਦਾ ਕਿ ਮੇਰੀ ਮਾਂ ਨੂੰ ਇਹ ਲੱਗਦਾ ਕਿ ਪੁੱਤ ਨੂੰ ਕੋਈ ਦੁੱਖ ਜਾ, ਵੀ ਉਹ ਮੈਨੂੰ ਹੁਣ ਪੋਇਮ ਉਹਦੀ ਉਹਨਾਂ ਦੀ ਪ੍ਰੋਪਰ ਯਾਦ ਨਹੀਂ, ਪਰ ਉਹ ਮੇਰੇ ਪੁੱਤ ਨੂੰ ਦੁੱਖ ਜਾ, ਅਤੇ ਮੈਂ ਜਿਹੜਾ ਦੁੱਖ ਹੈ ਪੁੱਤਰ ਲਿਖਦਾ ਮਾਵਾਂ ਨੂੰ ਛੱਡ ਕੇ ਕਾਗਜ਼ਾਂ ਨੂੰ ਦੱਸਦਾ ਪਿਆ ਵੀ ਇਹਦੇ ਦਿਲ ਨੂੰ ਕੁਛ ਲੱਗਿਆ ਹੋਇਆ। ਜਾਂ ਉਹਨਾਂ ਦੀ ਇੱਕ ਪੋਇਮ ਸੀ ਕਿ ਜਿਨ੍ਹਾਂ ਲੋਕਾਂ ਲਈ ਮੈਂ ਪੁਲ ਬਣ ਗਿਆ ਸਾਂ, ਉਹ ਜਦ ਮੇਰੇ ਤੋਂ ਦੀ ਲੰਘ ਰਹੇ ਸਨ, ਮੈਂ ਸੁਣਿਆ ਮੇਰੇ ਬਾਰੇ ਕਹਿ ਰਹੇ ਨੇ, ਕਿੱਥੇ ਰਹਿ ਗਿਆ ਉਹ ਚੁੱਪ ਜਿਹਾ ਬੰਦਾ, ਸਾਨੂੰ ਪਹਿਲਾਂ ਹੀ ਪਤਾ ਸੀ ਉਹਦੇ 'ਚ ਦਮ ਨਹੀਂ। ਹੁਣ ਪਾਤਰ ਸਾਹਿਬ ਆਪਦੇ ਆਪ ਨੂੰ ਚੁੱਪ ਜਿਹਾ ਬੰਦਾ ਕਹਿ ਰਹੇ ਨੇ, ਪਰ ਗੱਲ ਕਿੱਡੀ ਬੋਲ ਕੇ ਦੱਸ ਗਏ, ਠੀਕ ਹੈ। ਇਸ ਲਈ ਪੋਇਟਰੀ ਜਿਵੇਂ ਵੀ ਕਿਸੇ ਨੂੰ ਦੱਸਣਾ ਹੋਵੇ, ਲੁਕੋ ਕੇ ਅਸੀਂ ਵੱਡੀ ਗੱਲ ਕਰ ਸਕਦੇ ਹਾਂ। ਸ਼ਾਇਰੀ ਦਾ ਮਤਲਬ ਵੀ ਇਹ ਹੁੰਦਾ ਕਿ ਜਿਹੜੀ ਗੱਲ ਅਸੀਂ ਸਿੱਧੀ ਨਹੀਂ ਕਰ ਸਕਦੇ, ਅਸੀਂ ਉਸ ਨੂੰ ਪ੍ਰਤੀਕਾਂ ਬਿੰਬਾਂ 'ਚ ਅਸਿੱਧੇ ਰੂਪ 'ਚ ਕਹਿ ਦਿੰਦੇ। ਪਾਤਰ ਸਾਹਿਬ ਨੇ ਤਾਂ ਆਪਣੇ ਸਮੇਂ ਦੀ ਵਿਵਸਥਾ ਨਾਲ ਜੋ ਟਕਰਾਵੇ ਜੋ ਉਹਨਾਂ ਨੇ ਟਾਕਰੇ ਕੀਤੇ ਆ, ਉਹ ਤਾਂ ਕਿਤੇ ਮਿਸਾਲ ਹੀ ਨਹੀਂ ਹੈਗੀ। ਹੋਰ ਕਈ ਗੱਲ ਕਈ ਵਾਰੀ ਇਹ ਵੀ ਹੈ ਕਿ ਤੁਸੀਂ ਕਟਾਕਸ਼ ਕਰਨਾ, ਤੁਸੀਂ ਵੱਡੀ ਗੱਲ ਕਹਿਣੀ ਔਰ ਉਹਦੇ ਲਈ ਤੁਸੀਂ ਸ਼ਬਦ ਘੱਟ ਵਰਤਣੇ, ਉਹਦੇ ਲੱਗਦਾ ਸਿੱਧਾ ਪੋਇਟਰੀ ਮਨਪ੍ਰੀਤ ਦੇ ਹੀ ਪੋਇਟਰੀ ਹੁੰਦੀ ਹੈ। ਜੋ ਤੁਸੀਂ ਬਹੁਤ ਵੱਡੀ ਗੱਲ ਦੋ ਸ਼ਬਦਾਂ 'ਚ ਕਹਿ ਦੇਣਾ, ਤੁਸੀਂ ਸ਼ਾਇਰੀ ਦੀ
ਜਿਹੜੀ ਕਮਾਲ ਹੈ ਜਿਹੜਾ ਸ਼ਾਇਰ ਹੈ ਉਹ ਇਹੀ ਹੈ ਕਿ ਤੁਸੀਂ ਇੱਕ ਵੱਡੀ ਫਿਲਾਸਫੀ ਜਿਹੜਾ ਇੱਕ ਅਖਬਾਰੀ 15 ਪੇਜਾਂ ਦਾ ਲੇਖ ਆ ਉਹ ਤੁਸੀਂ 2 ਲਾਈਨਾਂ 'ਚ ਕਹਿ ਸਕਦੇ ਹੋ, ਜਿਹੜਾ ਕੋਈ 5 ਪੇਜਾਂ ਦੀ ਗੱਲ ਹੈ ਉਹ ਤੁਸੀਂ ਇੱਕ ਲਾਈਨ 'ਚ ਕਹਿ ਸਕਦੇ ਹੋ, ਹੈ ਨਾ। ਇਸ਼ਕ ਨਹੀਂ ਅਸਾਂ ਇਤਨਾ ਸਮਝ ਲਈਏ ਕਾਗ ਕਾ ਦਰਿਆ ਹੈ ਔਰ ਡੁੱਬ ਕੇ ਜਾਣਾ। ਹੁਣ ਤੁਸੀਂ ਇਹਦੇ 'ਤੇ ਕਿੱਸੇ ਲਿਖ ਮਾਰੋ, ਗੱਲ ਨਹੀਂ ਆਏਗੀ, ਪਰ ਇਹਨੇ ਇੱਕ ਲਾਈਨ ਦੇ ਵਿੱਚ ਕਹਿ ਦਿੱਤੀ। ਹਾਂ, ਸ਼ਾਇਰੀ ਦਾ ਇਹੀ ਹੁੰਦਾ। ਪਾਤਰ ਸਾਹਿਬ ਇਹ ਵੀ ਜ਼ਿਕਰ ਕਰਦੇ ਨੇ ਕਿ ਜਦੋਂ ਤੁਸੀਂ ਪੰਜਾਬੀ ਭਾਸ਼ਾ ਦੀ ਗੱਲ ਕਰਕੇ ਹਟੇ ਹਾਂ ਆਪਾਂ, ਅਤੇ ਜਦੋਂ ਉਹਨਾਂ ਨੂੰ ਡਰ ਜਾ ਇਹ ਮਹਿਸੂਸ ਹੁੰਦਾ ਕਿ ਪੰਜਾਬ ਦੇ ਵਿੱਚ ਕੌਨਵੈਂਟ ਸਕੂਲਾਂ ਦਾ ਇੱਕ ਦੌਰ ਸ਼ੁਰੂ ਹੁੰਦਾ, ਨਵਾਂ ਨਵਾਂ, ਕੋਈ ਜ਼ਿਆਦਾ ਪੁਰਾਣਾ ਨਹੀਂ, ਹੁਣ ਆਈਲੈਟਸ ਵਾਲਾ ਵੀ ਉਹੀ ਦੌਰ ਹੈ, ਉੱਧਰੋਂ ਪ੍ਰਵਾਸੀ ਵੀ ਮਜ਼ਦੂਰ ਆ ਰਹੇ ਨੇ, ਤਾਂ ਆਨੰਦ ਕਿਸ਼ੋਰ ਨੂੰ ਲੈ ਕੇ ਪਾਤਰ ਬਣਾਉਂਦੇ ਨੇ। ਆਨੰਦ ਕਿਸ਼ੋਰ ਬਾਹਰੋਂ ਆਇਆ, ਆਨੰਦ ਕਿਸ਼ੋਰ ਗੱਡੀ ਬੈਠ ਸਿਆਲ ਦਾ, ਜਾਂ ਉਹਦੇ ਉਹਦੇ ਬੱਚੀ ਦੀ ਗੱਲ ਕੀਤੀ ਹੈ, ਥੋੜ੍ਹੀ ਲੰਬੀ ਪੋਇਮ ਹੈ, ਪਰ ਉਹਦੇ 'ਚ ਉਹ ਅਸਲ 'ਚ ਕਟਾਕਸ਼ ਕਰਦਾ ਹੈ ਕਿ ਜਿਹੜੇ ਬਾਹਰੋਂ ਪ੍ਰਵਾਸੀ ਮਜ਼ਦੂਰ ਆ ਰਹੇ ਆ ਉਹਨਾਂ ਦੇ ਬੱਚੇ ਸਾਡੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ। ਦੀ ਬੇਟੀ ਦਾ ਨਾਮ ਮਾਧੁਰੀ ਆ, ਉਹ ਸਰਕਾਰੀ ਸਕੂਲ ਜਾ ਰਹੀ। ਮਾਧੁਰੀ ਵਰਗੀਆਂ ਬਹੁਤ ਬੱਚੀਆਂ ਨੇ, ਬਹੁਤ ਬੱਚੇ ਨੇ ਜਿਹੜੇ ਸਾਡੇ ਸਕੂਲਾਂ 'ਚ ਪੜ੍ਹ ਕੇ ਫਰਾਟੇਦਾਰ ਅੰਗਰੇਜ਼ੀ ਬੋਲਦੇ ਆ, ਔਰ ਸਾਡੇ ਜਿਹੜੇ ਅਮੀਰ ਤਬਕਾ ਇੱਕ ਤਰ੍ਹਾਂ ਨਾਲ ਜਿਹਨੂੰ ਪਾਤਰ ਸਾਹਿਬ ਕਹਿੰਦੇ ਆ ਵੀ ਉਹ ਅੱਛਰ ਸਿੰਘ ਦੇ ਪੋਤਰੇ ਨੇ ਜਿਹੜੇ, ਉਹ ਕੌਨਵੈਂਟ ਸਕੂਲਾਂ 'ਚ ਜਾ ਕੇ ਅੰਗਰੇਜ਼ੀ ਬੋਲਦੇ ਆ, ਔਰ ਉਹਨਾਂ ਨੂੰ ਬਹੁਤੇ ਪੰਜਾਬੀ ਦੇ ਲਫ਼ਜ਼ ਨਹੀਂ ਆ ਰਹੇ, ਖਾਸ ਤੌਰ 'ਤੇ ਜਿਹੜੇ ਜੜ੍ਹਾਂ ਨਾਲ ਕਦੀਮੀ ਮੁੱਢ ਨਾਲ ਜੁੜੇ ਹੋਏ ਸ਼ਬਦ ਨੇ। ਉਹਦੇ ਵਿੱਚ ਵੀ ਇਹ ਕਹਿੰਦੇ ਕਿ ਜਿਸ ਕੌਮ ਨੂੰ ਆਪਣਾ ਕਲਚਰ ਨਹੀਂ ਵਧੀਆ ਲੱਗਦਾ, ਆਪਣੀ ਸੱਭਿਅਤਾ ਨਹੀਂ ਵਧੀਆ ਲੱਗਦੀ, ਉਹ ਜੇ ਹੋਰਾਂ ਦੇ ਪਿੱਛੇ ਜਾਏਗਾ ਉਹ ਇੱਕ ਨਾ ਇੱਕ ਦਿਨ ਉਹਦੇ ਸੰਕਟ ਆ ਜਾਣਗੇ। ਉੱਥੇ ਪੋਤਾ ਅਸ਼ਰ ਸਿੰਘ ਦਾ ਉਹੀ ਕੌਨਵੈਂਟ ਸਕੂਲ 'ਚ ਜਾ ਰਿਹਾ, ਉਹੀ ਚੱਲਦਾ। ਹੁਣ ਲੈ ਦੇ ਕਿ ਤੁਹਾਨੂੰ ਜਦੋਂ ਤੁਸੀਂ ਪੜ੍ਹਦੇ ਹੋ ਕਿ ਤੁਹਾਡੀ ਭਾਸ਼ਾ, ਫਿਰ ਉਹ ਇਹ ਅਸਲ 'ਚ ਕਹਿੰਦੇ ਵੀ ਜਿਵੇਂ ਸਾਡੇ ਬੰਦੇ ਮੁੰਡੇ ਬੱਚੇ ਕੁੜੀਆਂ ਬਾਹਰ ਜਾ ਰਹੇ ਆ, ਵੀ ਸਾਡੇ ਵੀ ਰਿਜ਼ਕ ਲਈ ਜਾ ਰਹੇ ਆ ਜਾਂ ਇੱਕ ਅੱਛੀ ਜ਼ਿੰਦਗੀ ਲਈ ਜਾ ਰਹੇ ਆ, ਤਾਂ ਉਹ ਰਿਜ਼ਕ ਨਾਲ ਭਾਸ਼ਾ ਦੀ ਗੱਲ ਜਾਂ ਭਾਸ਼ਾ ਦਾ ਰਿਜ਼ਕ ਨਾਲ ਰੁਜ਼ਗਾਰ ਨਾਲ ਜਿਹੜਾ ਜੋੜਦੇ ਉਹ ਖੂਬਸੂਰਤ ਗੱਲ ਹੈ ਕਿ ਵਿਸ਼ਵ ਦੀਆਂ ਜਿੰਨੀਆਂ ਵੀ ਭਾਸ਼ਾਵਾਂ ਨੇ ਉਹਨਾਂ 'ਚੋਂ ਬਹੁਤੀਆਂ ਡਿਵੈਲਪ ਹੋਈਆਂ ਜਿਹੜੀਆਂ ਤੁਹਾਡੀਆਂ ਰੁਜ਼ਗਾਰ ਨਾਲ, ਤੁਹਾਡੀ ਟੈਕਨੋਲੋਜੀ ਨਾਲ, ਤੁਹਾਡੀ ਸਾਇੰਸ ਨਾਲ ਜੁੜ ਗਈਆਂ, ਵਰਨਾ ਉਹ ਖਤਮ ਹੋ ਗਈਆਂ। ਠੀਕ ਹੈ, ਤਾਂ ਪੰਜਾਬੀ ਲਈ ਯੂਨੈਸਕੋ ਨੇ ਇੱਕ ਪਿਛਲੇ ਸਾਲਾਂ 'ਚ ਇੱਕ ਰਿਪੋਰਟ ਦਿੱਤੀ ਸੀ ਕਿ ਜੇ ਪੰਜਾਬੀ ਇਸ ਕਿਸਮ ਦਾ ਵਰਤਾਰਾ ਕਰਦੇ ਰਹੇ, ਬਿਹੇਵ ਕਰਦੇ ਰਹੇ, ਤਾਂ ਪੰਜਾਬੀ ਜ਼ੁਬਾਨ ਵੀ ਸੰਕਟ ਵਾਲੀਆਂ ਜ਼ਬਾਨਾਂ ਦੇ ਵਿੱਚ ਜਿਨ੍ਹਾਂ 'ਤੇ ਇਹ ਖਤਮ ਹੋਣ ਦੀ ਮਾਰ ਪਏਗੀ ਆ ਸਕਦੀ ਹੈ, ਪਰ ਹਾਲੇ ਨਹੀਂ ਆ ਰਹੀ। ਸਾਡੇ ਕੋਲ ਇਹ ਹੈ ਕਿ ਪੰਜਾਬੀ ਵਾਲਿਆਂ ਕੋਲ ਪੰਜਾਬੀ ਹੈ, ਇੱਧਰਲੇ ਪੰਜਾਬ 2.25 ਕਰੋੜ ਪੰਜਾਬ ਇੱਧਰ ਆ, ਸਾਡੇ ਪੂਰੇ ਹਿੰਦੁਸਤਾਨ 'ਚ ਪੰਜਾਬੀ, ਦਿੱਲੀ, ਉੱਤਰਾ ਪ੍ਰਦੇਸ਼, ਪੀਲੀਭੀਤ, ਬੰਬੇ ਪੰਜਾਬੀ ਬੈਠੇ, ਦੁਨੀਆ ਕੈਨੇਡਾ 'ਚ 2.25 ਕਰੋੜ ਪੰਜਾਬੀ ਲਹਿੰਦੇ ਪੰਜਾਬ 'ਚ ਬੈਠੇ ਨੇ, ਤਾਂ ਇੰਨੀ ਪੰਜਾਬੀ ਬੋਲਣ ਵਾਲੇ ਨੂੰ ਪੰਜਾਬੀ ਲਈ ਮੈਨੂੰ ਕੋਈ ਨਹੀਂ ਲੱਗਦਾ ਖਤਰਾ ਹੈਗਾ। ਜਦੋਂ ਤੱਕ ਤੁਹਾਡੇ ਵਰਗੇ ਚੈਨਲ ਪੰਜਾਬੀ 'ਚ ਵਧੀਆ ਗੱਲਾਂ ਕਰਦੇ ਰਹਿਣਗੇ, ਤਾਂ ਪਾਤਰ ਸਾਹਿਬ ਵਰਗੇ ਸ਼ਾਇਰਾਂ ਨੂੰ ਯਾਦ ਕਰਦੇ ਰਹਿਣਗੇ, ਤਾਂ ਸਾਡੀ ਜ਼ੁਬਾਨ ਨੂੰ ਕੋਈ ਖਤਰਾ ਨਹੀਂ। ਸਭ ਤੋਂ ਜ਼ਿਆਦਾ ਖਤਰਾ ਮਤਲਬ ਜ਼ੁਬਾਨ ਬੋਲਣ ਵਾਲਿਆਂ ਤੋਂ ਹੁੰਦੇ, ਦੂਸਰੀਆਂ ਸੰਕਟ ਐਡੇ ਨਹੀਂ ਹੁੰਦੇ ਭਾਸ਼ਾ ਦੇ। ਜੇ ਅਸੀਂ ਪੰਜਾਬੀ ਬੋਲਣਾ ਛੱਡ ਜਾਵਾਂਗੇ ਤਾਂ ਪੰਜਾਬੀ ਨੂੰ ਖਤਰਾ, ਵਰਨਾ ਨਹੀਂ ਖਤਰਾ। ਕੋਈ ਕੁਛ ਤਾਂ ਹੀ ਤੁਹਾਡਾ ਕਰ ਸਕਦਾ ਕਿ ਜੇ ਤੁਸੀਂ ਜੜ੍ਹਾਂ ਤੋਂ ਹਿੱਲੇ ਹੋ ਤਾਂ। ਹਾਂ, ਅਸੀਂ ਜੜ੍ਹਾਂ ਸਾਡਾ ਦੇਖੋ, ਜੜ੍ਹਾਂ ਤੋਂ ਉਹ ਕੌਮ ਹਿਲਦੀ ਆ, ਜਾਂ ਤਾਂ ਉਹਨਾਂ ਕੋਲ ਲੰਬਾ ਇਤਿਹਾਸ ਨਾ ਹੋਵੇ, ਜਾਂ ਫਿਰ ਉਹਨਾਂ ਦੀ ਜਿਹੜੀ ਮੌਜੂਦਾ ਸਥਿਤੀ ਆ ਉਹਦੇ 'ਤੇ ਕੋਈ ਬਾਹਰੀ ਝੱਖੜ ਹੋਵੇ। ਮੰਨ ਲਓ ਕੋਈ ਪੂੰਜੀਵਾਦ ਆ ਗਿਆ, ਮੰਨ ਲਓ ਕੋਈ ਚੰਗਾ ਭਲਾ ਪਿੰਡ ਜੇ ਅਚਾਨਕ ਅਸੀਂ ਉਹਨੂੰ ਮਾਡਰਨ ਬਣਾ ਦਈਏ ਤਾਂ ਉਹਨੂੰ ਖਤਰਾ ਹੋ ਸਕਦਾ ਭਾਸ਼ਾ ਜ਼ੁਬਾਨ ਦਾ। ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਪੰਜਾਬੀਆਂ ਨੂੰ ਜਾਂ ਜਿਹੜੇ ਲੋਕਲ ਬੰਦੇ ਨੇ ਉਹ ਇਸ ਲਈ ਖਤਰਾ ਕਿਉਂਕਿ ਚੰਡੀਗੜ੍ਹ ਆਪਣੇ ਆਪ ਨੂੰ ਹੋਰ ਤਰ੍ਹਾਂ ਦੇ ਡੀਲ ਕਰਦੇ ਲੋਕ, ਪਰ ਜੇ ਅਸੀਂ ਪੰਜਾਬ, ਪੰਜਾਬੀ, ਪੰਜਾਬੀ ਪਿੰਡਾਂ ਵਾਲੇ
ਪੰਜਾਬੀ ਨੂੰ ਮੰਨਣ ਵਾਲੇ ਜਿਹੜੇ ਇੱਕ ਇੱਕ ਇੰਡੀਵਿਜੁਅਲ ਪਰਸਨੈਲਿਟੀ ਵੀ ਹੈ ਜਿਹੜੀ ਕਿਤੇ ਵੀ ਜਿਉਂਦਾ ਰੱਖਦੀ ਹੈ ਕਿਸੇ ਵੀ ਹਾਲਾਤ ਕਿਸੇ ਵੀ ਮੌਸਮ, ਕਿਉਂਕਿ ਮੈਂ ਮੀਡੀਆ 'ਚ ਰਿਹਾ ਤਾਂ ਮੇਰੀ ਵੈਲਿਊ ਇਸ ਗੱਲ 'ਤੇ ਸੀ ਕਿ ਮੈਂ ਪੰਜਾਬੀ ਬੋਲਦਾ ਸੀ ਅਤੇ ਪੰਜਾਬੀ ਜ਼ੁਬਾਨ ਲਈ ਮੈਂ ਜਦੋਂ ਮੈਂ ਕੋਈ ਗੱਲ ਕਰਨੀ ਆ ਜਾਂ ਮੈਂ ਇੰਟਰਵਿਊ ਕਰਦਾ ਸੀ ਤਾਂ ਮੈਂ ਸੋਹਣੇ ਸੋਹਣੇ ਸ਼ਬਦ ਚੁਣ ਲੈਂਦਾ ਸੀ ਵੀ ਯਾਰ ਵੀ ਇਹ ਮੈਂ ਜ਼ਰੂਰ ਵਰਤੂੰਗਾ ਜਦੋਂ ਲੋੜ ਪਈ। ਉਪਰੇ ਸ਼ਬਦਾਂ ਨੂੰ ਮੈਂ ਹਮੇਸ਼ਾ ਅਵੋਇਡ ਕਰ ਲੈਂਦਾ ਸੀ, ਉਸ ਤੋਂ ਬਚ ਜਾਂਦਾ ਸੀਗਾ। ਉਹਦੇ ਨਾਲ ਕੀ ਹੁੰਦਾ ਕਿ ਮੇਰੀ ਜ਼ੁਬਾਨ ਜਿਹੜੀ ਮੇਰੀ ਭਾਸ਼ਾ ਬੋਲੀ ਉਹ ਸੁਧਰਦੀ ਗਈ ਅਤੇ ਮੇਰੇ ਜਦੋਂ ਲੋਕ ਪ੍ਰੋਗਰਾਮ ਦੇਖਦੇ ਸੀ ਤਾਂ ਉਹ ਇਸ ਗੱਲ ਦਾ ਜ਼ਿਕਰ ਕਰਦੇ ਸੀ ਕਿ ਤੁਸੀਂ ਸੋਹਣੀ ਪੰਜਾਬੀ ਬੋਲਦੇ ਹੋ। ਤਾਂ ਇਹ ਮੇਰੇ ਲਈ ਮਾਣ ਦੀ ਗੱਲ ਸੀਗੀ ਕਿ ਯਾਰ ਮੈਂ ਇੱਕ ਤੁਹਾਡੀ ਬੋਲੀ ਨੂੰ ਕੋਈ ਰਿਸਪੈਕਟ, ਹਾਂ ਤੁਹਾਨੂੰ ਉਸ ਨੂੰ ਸਤਿਕਾਰ ਮਿਲਦਾ। ਅੱਛਾ ਸਰ, ਇੱਕ ਪਾਤਰ ਸਾਹਿਬ ਬਾਰੇ ਜਾਂਦੇ ਜਾਂਦੇ ਹੋਰ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਮੈਂ। ਪਾਤਰ ਸਾਹਿਬ ਜਿੱਥੇ ਦੁਖਾਂਤ ਦਾ ਜ਼ਿਕਰ ਕਰਦੇ ਨਜ਼ਰ ਆਉਂਦੇ ਨੇ, ਪੰਜਾਬ ਦੇ ਮਸਲਿਆਂ ਨੂੰ ਉਭਾਰਦੇ ਨਜ਼ਰ ਆਉਂਦੇ ਨੇ ਆਪਣੀ ਕਵਿਤਾ ਦੇ ਰਾਹੀਂ, ਉਹਨਾਂ ਕੋਲ ਜਿਹੜਾ ਸਾਧਨ ਹੈ, ਉਹਨਾਂ ਕੋਲ ਜਿਹੜੀ ਕਲਾ, ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਰਹੇ ਕਿ ਸੁਰਜੀਤ ਪਾਤਰ ਹਰੇ ਨੇ ਸੁਰਜੀਤ ਪਾਤਰ ਕਿਸੇ ਦੌਰ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਲਿਖਣਾ ਚਾਹੀਦਾ ਸੀ, ਉਹਨਾਂ ਨੇ ਉਵੇਂ ਨਹੀਂ ਲਿਖਿਆ, ਉਹਨਾਂ ਨੂੰ ਜਵਾਬ ਦੇ ਉਹ ਬਣਾਉਂਦੇ ਨੇ। ਹਾਲਾਂਕਿ ਸ਼ਾਇਰ ਕੀ ਲਿਖ ਰਿਹਾ ਕਿ ਨਹੀਂ ਲਿਖ ਰਿਹਾ ਉਹਦੀ ਅਵਸਥਾ ਵੀ ਕੋਈ ਹੋ ਸਕਦੀ ਨਹੀਂ। ਮੈਂ ਇਸ ਗੱਲ ਨਾਲ ਮਤਲਬ ਜਿਹੜਾ ਕੋਈ ਇਹ ਕਹਿੰਦਾ ਵੀ ਉਹਨਾਂ ਨੇ ਉਹ ਨਹੀਂ ਲਿਖਿਆ, ਮੈਂ ਐਗਰੀ ਨਹੀਂ ਕਰਦਾ, ਮੈਂ ਉਹਨਾਂ ਨਾਲ ਸਹਿਮਤ ਨਹੀਂ ਹਾਂ। ਸ਼ਾਇਰ ਸਾਡੇ ਤੋਂ ਸਿਆਣਾ ਹੁੰਦਾ। ਲੱਗੀ ਨਜ਼ਰ ਪੰਜਾਬ ਨੂੰ ਇੱਕ ਸ਼ੇਰ ਦਾ ਵੀ ਤੁਸੀਂ ਆਪਾਂ ਜ਼ਿਕਰ ਆਫ ਦੀ ਰਿਕਾਰਡ ਆਪਾਂ ਗੱਲਬਾਤ ਕਰ ਰਹੇ ਹਾਂ। ਮਿਰਚਾਂ ਲੈ ਕੇ ਕੌੜੀਆਂ ਇਹਦੇ ਸਿਰ ਤੋਂ ਬਾਰੋ, ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ। ਟੈਰਰਿਜ਼ਮ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਬਹੁਤ ਸੋਹਣੀਆਂ ਨਜ਼ਮਾਂ ਲਿਖੀਆਂ। ਟੈਰਰਿਜ਼ਮ ਤੋਂ ਬਾਅਦ ਜਿਹੜਾ ਸੋ ਕਾਲਡ ਪੰਜਾਬ ਦਾ ਸੰਕਟ ਵਧਿਆ, ਮੀਡੀਆ ਆ ਗਿਆ, ਪੂੰਜੀਵਾਦ ਆ ਗਿਆ, ਖੇਤੀ ਦੇ ਨਵੇਂ ਮਸਲੇ ਸ਼ੁਰੂ ਹੋਏ, ਸਾਡੇ ਘਰ ਬਦਲ ਗਏ, ਅਸੀਂ ਮਾਈਗ੍ਰੇਟ ਸ਼ਹਿਰਾਂ ਨੂੰ ਹੋ ਗਏ, ਸਾਡੀਆਂ ਹੋਰ ਸਮੱਸਿਆਵਾਂ, ਪਰਿਵਾਰਕ ਸਮੱਸਿਆਵਾਂ ਸ਼ੁਰੂ ਹੋਈਆਂ, ਸਾਡੇ ਰਿਸ਼ਤੇ, ਸਾਡੇ ਇਸਤਰੀ ਮਰਦ ਦੇ ਰਿਸ਼ਤੇ ਬਦਲੇ, ਸਾਡੇ ਵਿਆਹ ਦੇ ਸੰਸਕਾਰ ਬਦਲੇ। ਮੈਂ ਤੁਹਾਨੂੰ ਇੱਕ ਸੁਣਾਉਣਾ ਕਿ ਉਹ ਕਹਿੰਦਾ ਵੀ ਇੱਕ ਕੈਦ 'ਚ ਦੂਜੀ ਕੈਦ 'ਚ ਪਹੁੰਚ ਗਈ ਹੈ, ਕੀ ਖੱਟਿਆ ਮਹਿੰਦੀ ਲਾ ਕੇ ਬਟਨਾ ਮਲ ਕੇ। ਵਿਆਹੇ ਹੋਏ ਬੰਦੇ 'ਤੇ ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਹੈ। ਜਾਂ ਸੀ ਕਿ ਮੈਨੂੰ ਹੁਣ ਸ਼ਾਇਦ ਇੱਕ ਅੱਧਾ ਸ਼ਬਦ ਮੈਂ ਉਰਾਂ ਭਰਾਂ, ਸਿਆਹ ਚਸ਼ਮੇ ਮਗਰ ਅੱਖਾਂ ਲੁਕੋ ਕੇ ਘਰੋਂ ਨਿਕਲੀ ਹੈ ਰੇਤਾ ਝੀਲ ਹੋ ਕੇ, ਘਰੋਂ ਨਿਕਲੀ ਹੈ ਝੀਲ ਰੇਤਾ ਹੋ ਕੇ। ਸ਼ਾਇਦ ਮੈਂ ਸ਼ਬਦ ਉਲਟ ਨਾ, ਕੋਈ ਬਹੁਤ ਪਹਿਲਾਂ ਦੀ ਪੜ੍ਹੀ ਹੋਈ ਆ। ਹਾਂ, ਤਾਂ ਉਹ ਕਹਿੰਦੇ ਵੀ ਅਸੀਂ ਅੱਖਾਂ 'ਚ ਗੋਗਲਾਂ ਪਿੱਛੇ ਅਸੀਂ ਅੱਖਾਂ ਜਦੋਂ ਛੁਪਾ ਰਹੇ ਹਾਂ ਤਾਂ ਸਾਡੇ ਰੋਏ ਹੋਏ ਚੀਜ਼ਾਂ ਸਾਨੂੰ ਪਤਾ ਲੱਗ ਜਾਂਦੀਆਂ ਨੇ। ਤਾਂ ਨਿੱਕੀ ਨਿੱਕੀ ਗੱਲ, ਪੀਲੇ ਪੱਤਿਆਂ 'ਤੇ ਪਵਿੱਤਰ ਹਲਕੇ ਹਲਕੇ, ਹਰ ਸ਼ਾਮ ਅਸੀਂ ਭਟਕੇ ਪੌਣਾ ਸੰਗ ਰਲ ਕੇ, ਕਾਮ ਬੰਦੇ ਦੀ ਤਰਾਸਦੀ ਹੈ। ਸਭ ਤੋਂ ਸੋਹਣੀ ਤਰਾਸਦੀ ਉਹ ਕਹਿੰਦੇ ਆ ਵੀ ਪੈਸਾ ਧੇਲਾ ਜੱਗ 'ਚ ਮੇਲਾ, ਮੈਂ ਮੇਰੀ ਸਿਵਿਆਂ ਕੋਲੋਂ ਹੌਲੀ ਹੌਲੀ ਲੰਘੇ ਗੱਲਾਂ ਕਰਦੇ ਲੋਕ। ਹੁਣ ਉਹਨੇ ਜ਼ਿੰਦਗੀ ਦੀ ਵੱਡੀ ਫਿਲੋਸਫੀ ਦਿੱਤੀ ਵੀ ਆਉਣਾ ਤਾਂ ਸਿਵੇ 'ਚ ਹੀ ਹੈ, ਪਰ ਤੁਸੀਂ ਪੈਸੇ ਧੇਲੇ 'ਤੇ ਜੱਗ 'ਚ ਮੇਲਿਆਂ 'ਚ ਹੌਲੀ ਹੌਲੀ ਕੋਲ ਦੀ ਲੰਘ ਰਹੇ ਹੋ ਤੁਸੀਂ। ਸਾਡੀ ਜ਼ਿੰਦਗੀ ਮੌਤ ਦੇ ਕੋਲ ਦੀ ਤੁਰਦੀ ਹੈ, ਇੱਕ ਦਿਨ ਅਸੀਂ ਮੌਤ ਕੋਲ ਲੈ ਦੇ ਕੇ ਸਾਡਾ ਆਖਰੀ ਸੱਚ ਉਹੀ ਹੁੰਦਾ। ਠੀਕ ਹੈ, ਤਾਂ ਇਹ ਹੁਣ ਆਮ ਬੰਦੇ ਜਾਓ, ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਮਾਈਗ੍ਰੇਟ ਹੋਏ ਕਿ ਪਿੰਡ ਜਿਨ੍ਹਾਂ ਦੇ ਗੱਡੇ ਚੱਲਣ ਹੁਕਮ ਅਤੇ ਸਰਦਾਰੀ, ਸ਼ਹਿਰ 'ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇੱਕ ਸਵਾਰੀ, ਆਇਡੈਂਟੀ ਚੇਂਜ ਹੋ ਜਾਂਦੀ ਹੈ। ਅਸੀਂ ਨਗਰਾਂ ਤੋਂ ਮਹਾਂਨਗਰਾਂ 'ਚ ਪਹੁੰਚ ਜਾਂਦੇ ਹਾਂ ਤਾਂ ਪਿੰਡ ਪਿੰਡ ਨਹੀਂ ਰਹੇਗਾ, ਪਿੰਡ ਵਾਲੇ ਬੰਦੇ ਨਹੀਂ ਰਹਿੰਦੇ, ਬਦਲ ਜਾਏਗਾ। ਤੁਸੀਂ ਕਿਹੜਾ ਮਸਲਾ ਜਿਹਦੇ 'ਤੇ ਉਹਨਾਂ ਨੇ ਨਹੀਂ ਲਿਖਿਆ? ਸਮੇਂ ਦੇ ਨਾਲ ਹਾਲਾਤ, ਲੇਕਿਨ ਇੱਕ ਚੀਜ਼ ਜਿਹੜਾ ਉਹਨਾਂ ਨੇ ਨਹੀਂ ਲਿਖਿਆ, ਅਸਲ 'ਚ ਅਸੀਂ ਥੋੜ੍ਹੇ ਜਿਹੇ ਨਵੀਂ ਜਨਰੇਸ਼ਨ 'ਚ ਕਹੋ ਵੀ ਅਸੀਂ ਥੋੜ੍ਹੇ ਜਿਹੇ ਕਦੀ ਕਦੀ ਬੇਸਬਰੇ ਹੋ ਜਾਂਦੇ ਹਾਂ, ਕਦੀ ਕਦੀ ਚੀਜ਼ਾਂ ਸਾਨੂੰ ਛੇਤੀ ਚਾਹੀਦੀਆਂ ਹੁੰਦੀਆਂ ਨੇ, ਸਾਨੂੰ ਇਮੀਡੀਏਟ ਚਾਹੀਦੀਆਂ ਨੇ, ਲੇਕਿਨ ਚੀਜ਼ਾਂ ਨੇ ਆਪਦੇ ਹਿਸਾਬ ਨਾਲ ਪਣਪਣਾ ਹੁੰਦਾ, ਪੁੰਗਰਨਾ ਹੁੰਦਾ ਅਤੇ ਪ੍ਰਫੁੱਲਿਤ ਹੋਣਾ ਹੁੰਦਾ। ਸਾਡੀ ਕਾਹਲੀ ਨਾਲ ਜਿਵੇਂ ਕਹਿੰਦੇ ਗਿੱਦੜ ਦੀ ਕਾਹਲੀ ਨਾਲ ਬੇਰ ਨਹੀਂ ਪੱਕਦੇ ਹੁੰਦੇ, ਅਤੇ ਸਾਨੂੰ ਇੰਨੀ ਕਾਹਲੀ ਨਹੀਂ ਹੋਣੀ ਚਾਹੀਦੀ। ਤੁਸੀਂ ਕਦੇ ਧਿਆਨ ਨਾਲ ਉਹਨਾਂ ਨੂੰ ਪੜ੍ਹੋ, ਉਹਨਾਂ ਦੀ ਹਵਾ 'ਚ ਲਿਖੇ ਹਰਫ, ਹਨੇਰੇ 'ਚ ਸੁਲਗਦੀ ਵਰਨਮਾਲਾ, ਉਹਨਾਂ ਦੇ ਗੀਤ ਨੇ ਬਿਰਖ ਜੋ ਸਾਜ ਹੈ, ਸੂਰਜ ਮੰਦਰ ਦੀਆਂ ਪੌੜੀਆਂ, ਉਹਨਾਂ ਨੇ ਇੱਕ
ਪੂਰੀ ਪੰਜਾਬੀ ਦੀਆਂ ਨਜ਼ਮਾਂ ਕਲੈਕਟ ਕੀਤੀਆਂ ਸਦੀ ਦੀਆਂ ਤਰਕਾਲਾਂ ਕਿਤਾਬ ਦੇ ਵਿੱਚ, ਤਾਂ ਤੁਸੀਂ ਪੜ੍ਹ ਸਕਦੇ ਹੋ ਬੰਦੇ ਦਾ ਜਿਹੜਾ ਫਿਲੋਸਫੀਕਲ ਅਪਰੋਚ ਆ ਪਾਤਰ ਸਾਹਿਬ ਦੀ, ਜਿਹੜੀ ਉਹਨਾਂ ਦੀ ਗਹਿਰਾਈ ਹੈ, ਜਿਹੜੀ ਉਹ ਛੋਟੇ ਛੋਟੇ ਬਰੀਕ ਬਰੀਕ ਜੀਵਨ ਦੇ ਪਸਾਰ ਨੇ, ਡੂੰਘੇ ਪਸਾਰ ਨੇ ਜੀਵਨ ਦੇ, ਜ਼ਿੰਦਗੀ ਦੇ, ਜ਼ਿੰਦਗੀ ਦੇ ਮਸਲਿਆਂ ਨੂੰ ਜਿੰਨਾ ਉਹ ਛੋਟੇ ਛੋਟੇ ਸ਼ਬਦਾਂ 'ਚ ਔਰ ਬੜੇ ਆਸਾਨ ਢੰਗ ਨਾਲ ਲੋਕਾਂ ਤੱਕ ਪਹੁੰਚਾ ਦਿੱਤਾ, ਜਿਨ੍ਹਾਂ ਨੇ, ਮੈਂ ਨਹੀਂ ਕਹਿੰਦਾ ਪਹੁੰਚਾ ਰਹੇ ਨੇ, ਪਹੁੰਚਾ ਦਿੱਤਾ, ਉਹਦਾ ਮਿਸਾਲ ਤਾਂ ਕਿਤੇ ਹੋਰ ਮਿਲਦੀ ਨਹੀਂ। ਮਤਲਬ ਉਹਨਾਂ ਦਾ ਜਿਹੜਾ ਰੁਖਸਤ ਹੋਣਾ ਵੀ ਬੜਾ ਰਹਾਨੀ ਹੈ ਕਿ ਇੱਕ ਦਿਨ ਉਹ ਆਖਰੀ ਦਮ ਤੱਕ ਉਹ ਕਿੰਨੇ ਪ੍ਰੋਗਰਾਮ ਜਿਹੜੇ ਇੱਥੇ ਕੋਈ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੋਗਰਾਮ ਮਿਸ ਨਹੀਂ ਕੀਤਾ ਕਦੇ, ਪੰਜਾਬੀ ਕਿਸੇ ਦੀ ਆਮ ਕਿਸੇ ਸ਼ਹਿਰ ਦਾ ਕੋਈ ਪ੍ਰੋਗਰਾਮ ਹੈ ਤਾਂ ਉਹ ਇਹ ਨਹੀਂ ਸੋਚਦੇ ਸੀਗੇ, ਕੋਈ ਭੇਦਭਾਵ ਨਹੀਂ ਸੀ ਉਹਨਾਂ 'ਚ ਪਹੁੰਚਣਾ ਉੱਥੇ, ਅਤੇ ਮਰਨ ਤੋਂ ਠੀਕ ਇੱਕ ਦਿਨ ਪਹਿਲਾਂ ਇਸ ਜਹਾਨ ਤੋਂ ਰੁਖਸਤ ਹੋਣ ਤੋਂ ਪਹਿਲਾਂ ਉਹ ਇੱਕ ਦਿਨ ਬਰਨਾਲੇ ਸਾਹਿਤ ਸਭਾ ਜਾ ਕੇ ਪ੍ਰੋਗਰਾਮ ਦਿੰਦੇ, ਉੱਥੇ ਸ਼ਾਇਰੀ ਪੜ੍ਹ ਕੇ ਆਏ। ਮੈਨੂੰ ਇਹ ਲੱਗਦਾ ਇੱਕ ਤਾਂ ਹੈ ਕਿ ਉਹ ਪਹਿਲਾਂ ਹੀ ਬਹੁਤ ਮਲੂਕ ਜਿਹੇ ਇਨਸਾਨ ਸੀਗੇ, ਸੌਫਟ ਦਿਲ ਵਾਲੇ, ਸੋਹਲ ਦਿਲ ਵਾਲੇ ਇਨਸਾਨ, ਸ਼ਾਇਰ ਇੰਨਾ ਹੀ ਹੋਣਾ ਚਾਹੀਦਾ। ਦੂਸਰਾ ਮੈਨੂੰ ਲੱਗਦਾ ਉਹ ਨਹੀਂ ਰੁਖਸਤ ਹੋਏ, ਇੱਕ ਤੁਹਾਡਾ ਸ਼ਬਦਾਂ 'ਚ ਸਰੀਰਕ ਵਜੂਦ ਹੈ, ਉਹ ਕੋਈ ਮਸਲਾ ਨਹੀਂ, ਉਹਨਾਂ ਦੇ ਗੀਤ ਨੇ ਸਾਡੇ ਕੋਲ, ਉਹਨਾਂ ਦੀਆਂ ਗਜ਼ਲਾਂ ਨੇ, ਅਸੀਂ ਰੋਜ਼ ਗਾਵਾਂਗੇ, ਸਾਡੇ ਬੱਚੇ ਗਾਉਣਗੇ, ਉਹਨਾਂ ਦੇ ਬੱਚੇ ਗਾਉਣਗੇ, ਹੈ ਨਾ। ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ, ਮੈਂ ਪਾਣੀ 'ਤੇ ਲੀਕ ਹਾਂ, ਅਸੀਂ ਤਾਂ ਪਾਣੀ 'ਤੇ ਲੀਕਾਂ ਹੈਗੇ ਹਾਂ, ਠੀਕ ਹੈ, ਉਹ ਪਹਿਲਾਂ ਹੀ ਲਿਖ ਗਏ। ਅਤੇ ਉਹ ਤਾਂ ਮੈਂ ਇਹ ਵੀ ਕਹਿ ਰਿਹਾ, ਹੁਣ ਲੋਕਾਂ ਨੇ ਨਾ ਲਾ ਰੱਖੀਆਂ ਪੋਸਟਾਂ 'ਤੇ, ਮੈਂ ਕਿਹਾ ਚਲੋ ਠੀਕ ਹੈ, ਇੱਕ ਫੌਰੀ ਇਮੋਸ਼ਨ ਧੱਕਾ ਸਾਨੂੰ ਲੱਗਿਆ, ਪਰ ਮੈਂ ਇਹ ਚਾਹੁੰਦਾ ਕਿ ਜੇ ਪਾਤਰ ਸਾਹਿਬ ਵਰਗੇ ਸ਼ਾਇਰ ਨੂੰ, ਐਡੇ ਵੱਡੇ ਇਨਸਾਨ ਨੂੰ, ਜੇ ਤੁਸੀਂ ਸੱਚੀ ਸ਼ਰਧਾਂਜਲੀ ਦੇਣੀ ਆ ਤਾਂ ਤੁਸੀਂ ਉਹਨਾਂ ਦੀਆਂ ਕਿਤਾਬਾਂ ਖਰੀਦੋ, ਉਹਨਾਂ ਦੀਆਂ ਨਜ਼ਮਾਂ ਪੜ੍ਹੋ, ਕਿਤੇ ਬੈਠ ਕੇ ਮਹਿਫਲ 'ਚ ਗਾਓ ਬਾਓ ਬਜਾਓ, ਗੀਤ ਗਾਓ ਉਹਨਾਂ ਦੇ, ਦੂਸਰਿਆਂ ਨੂੰ ਸੁਣਾਓ, ਆਪਦੀ ਲਾਇਬ੍ਰੇਰੀ 'ਚ ਉਹਨਾਂ ਦੀਆਂ ਕਿਤਾਬਾਂ ਰੱਖੋ, ਆਪਣੇ ਬੱਚਿਆਂ ਨੂੰ ਗਿਫਟ ਕਰੋ, ਠੀਕ ਹੈ। ਸੱਚੀ ਇੱਕ ਸ਼ਾਇਰ ਨੂੰ ਸੱਚੀ ਸ਼ਰਧਾਂਜਲੀ ਤਾਂ ਇਹੀ ਹੈ ਨਾ, ਵੀ ਉਹ ਉਹਨਾਂ ਦੀ ਸ਼ਾਇਰੀ ਦੇ ਨਾਲ ਤੁਸੀਂ ਜੁੜ ਜਾਓ। ਤਾਂ ਮੈਂ ਤਾਂ ਜਿੱਦਣ ਉਹਨਾਂ ਦੀ ਇਹ ਖਬਰ ਪੜ੍ਹੀ, ਮੇਰੇ ਲਈ ਵੱਡਾ ਸਦਮਾ ਸੀਗਾ, ਪਰ ਮੈਂ ਉਸੇ ਦਿਨ ਹੀ ਉਹਨਾਂ ਦੀਆਂ ਕਿਤਾਬਾਂ ਚੁੱਕੀਆਂ ਦੀ ਲਾਇਬ੍ਰੇਰੀ 'ਚੋਂ। ਮੈਂ ਉਸ ਰਾਤ ਉਹਨਾਂ ਦੀ ਬਿਰਖ ਜੋ ਸਾਜ਼ ਹੈ ਇੱਕ ਟੇਪ ਆਈ ਸੀਗੀ, ਉਹ ਮੈਂ ਯੰਗ ਏਜ ਤੇਰੀ ਉਮਰ 'ਚ ਮੈਂ ਬਹੁਤ ਸੁਣੀ ਸੀਗੀ, ਉਹ ਮੈਂ ਦੁਬਾਰੇ ਉਹਨੂੰ ਕੱਢ ਕੇ ਉਹ ਮੈਂ ਦੁਬਾਰੇ ਸਾਰੀ ਰਾਤ ਉਹ ਸੁਣੀ, ਉਸ ਰਾਤ ਮੈਂ ਸੁਣਦਾ ਰਿਹਾ। ਮੇਰੇ ਲਈ ਤਾਂ ਪਾਤਰ ਸਾਹਿਬ ਨੂੰ ਇਹੀ ਸ਼ਰਧਾਂਜਲੀ ਹੈਗੀ ਹੈ। ਇਹਦੇ ਨਾਲ ਤੁਸੀਂ ਉਹਨਾਂ ਨੂੰ ਆਪਣੇ ਆਸ ਪਾਸ ਮਹਿਸੂਸ ਕਰ, ਮੇਰੇ ਅੰਗ ਸੰਗ ਨੇ, ਉਹ ਇੱਕ ਸ਼ਬਦ ਆ ਪੰਜਾਬੀ 'ਚ ਹੋਰ, ਹਾਜ਼ਰ ਨਾਜ਼ਰ, ਉਹ ਆਸ ਪਾਸ ਨੇ, ਕਿਤੇ ਨਹੀਂ ਗਏ ਹੈਗੇ। ਮੈਂ ਹੁਣ ਲਾਇਬ੍ਰੇਰੀ 'ਚ ਜਾਊਂਗਾ, ਕਿਤੇ ਨਾ ਕਿਤੇ ਟੇਬਲ 'ਤੇ ਉਹਨਾਂ ਦੀ ਪਈ ਹੁੰਦੀ ਆ ਕਿਤਾਬ, ਹਵਾ 'ਚ ਲਿਖੇ ਹਰਫ, ਕਿਸੇ ਵੇਲੇ ਸਾਰੀ ਮੈਨੂੰ ਮੂੰਹ ਜ਼ਬਾਨੇ ਯਾਦ ਸੀਗੀ, ਹੁਣ ਤਾਂ ਕਿਉਂਕਿ ਵਕਤ ਦੇ ਨਾਲ ਵਕਤ ਨਾਲ ਭੁੱਲ ਜਾਂਦੇ ਹੁੰਦੇ ਆ, ਪਰ ਮੇਰੀ ਸ਼ਰਧਾਂਜਲੀ ਹੁਣ ਵੀ ਬੱਚੇ ਨਵੇਂ ਮਿਲਦੇ ਵੀ ਸਪਾਤਰ ਸਾਹਿਬ ਦਾ ਕਿਵੇਂ ਉੱਥੇ ਕੀ ਸੀ, ਕਿਵੇਂ ਉਹਨਾਂ ਦੀ ਜਿਹੜੀ ਭਾਵੁਕਤਾ ਹੁੰਦੀ। ਮੈਂ ਕਿਹਾ ਜੀ ਤੁਸੀਂ ਸ਼ਰਧਾਂਜਲੀ ਦੇਣੀ, ਉਹਨਾਂ ਦੀ ਕਿਤਾਬਾਂ ਖਰੀਦੋ, ਪਰਚੇਜ ਕਰੋ, ਆਪਦੇ ਬੈਗ 'ਚ ਰੱਖੋ, ਮੇਰੇ ਅੱਗੂ ਛੋਟਾ ਜਿਹਾ ਬੈਗ, ਇਹਦੇ 'ਚ ਇੱਕ ਕਿਤਾਬ ਜ਼ਰੂਰ ਹੋਊ, ਕਿਤੇ ਬੈਠ ਕੇ ਇਕਾਂਤ ਦੇ ਵਿੱਚ ਪੜ੍ਹੋ, ਖਾ ਪੀ ਲਓ, ਮਜਲਿਸ ਲਾਓ, ਮਜਲਿਸ ਲਾ ਕੇ ਉਹਨਾਂ ਦੀ ਕਵਿਤਾਵਾਂ ਗਾਓ, ਜਿਵੇਂ ਉਹ ਗਾਉਂਦੇ ਹੁੰਦੇ ਸੀ ਜਾਂ ਉਹ ਸੁਣਾਉਂਦੇ ਹੁੰਦੇ ਸੀ। ਆਪਦੀ ਲਾਇਬ੍ਰੇਰੀ 'ਚ ਕਿਤਾਬ ਰੱਖੋ, ਆਪਣੇ ਬੱਚੇ ਦੇ ਕਿਸੇ ਬਰਥਡੇ ਦੇ ਉੱਤੇ ਉਸਨੂੰ ਗਿਫਟ ਕਰੋ, ਜਾਂ ਪਾਤਰ ਸਾਹਿਬ ਦਾ ਜਨਮ ਦਿਨ ਆ ਜਾਂ ਉਹਨਾਂ ਦਾ ਹੁਣ ਰੁਖਸਤ ਵਾਲਾ ਦਿਨ ਆ, ਇਹ ਮਨਾਉਣ ਦੀ ਕੋਸ਼ਿਸ਼ ਕਰੋ, ਹਰ ਸਾਲ ਉਹਨਾਂ ਨੂੰ ਇਸੇ ਦਿਨ ਦੇ ਉੱਤੇ ਸ਼ਰਧਾਂਜਲੀ ਦਿਓ। ਕੋਈ ਨਾ ਕੋਈ ਆਪਦੀਆਂ ਨਜ਼ਮਾਂ ਸੁਣੋ, ਨਵੇਂ ਸ਼ਾਇਰਾਂ ਨੂੰ ਇੰਟਰੋਡਿਊਸ ਕਰੋ, ਮਜਲਿਸਾਂ ਲਾਓ, ਮਹਿਫਲਾਂ ਲਾਓ, ਉਸਨੂੰ ਖੁਸ਼ੀ ਖੁਸ਼ੀ ਸੈਲੀਬ੍ਰੇਟ ਕਰੋ, ਜਿੰਦਾ ਹੈ ਉਹ। ਹਾਂ, ਉਹ ਨਹੀਂ ਕਿਤੇ ਸ਼ਾਇਰ ਨਹੀਂ ਮਰਦੇ ਹੁੰਦੇ, ਸ਼ਾਇਰ ਕਿਤੇ ਨਹੀਂ ਜਾਂਦੇ ਹੈਗੇ, ਸ਼ਾਇਰ ਅਮਰ, ਸ਼ਾਇਰੀ ਅਮਰ ਹੈ ਜੀ, ਫਿਰ ਸ਼ਾਇਰੀ ਕਲਾ ਹੁੰਦੀ ਅਮਰ ਹੈ। ਕੋਈ ਵੀ ਕਲਾਕਾਰ ਹੈ ਉਹ ਜਿਸਮਾਨੀ ਰੂਪ 'ਚ ਚਲੇ ਜਾਂਦੇ ਨੇ, ਪਰ ਉਹ ਜਾਂਦੇ ਕਿਤੇ ਨਹੀਂ, ਉਹ ਸਾਡੇ ਆਸ ਪਾਸ ਹੀ ਹੋਣਗੇ। ਅਸੀਂ ਰੁੱਖਾਂ ਦੇ ਥੱਲੇ ਖੜੇ ਹਾਂ, ਹੁਣ ਬਿਰਖ ਸ਼ਬਦ ਜਿੰਨਾ ਪਾਤਰ ਸਾਹਿਬ ਨੇ ਇਸਤੇਮਾਲ ਕੀਤਾ, ਰੁੱਖ ਸ਼ਬਦ
ਡਾਲੀਆਂ ਟਾਹਣੀਆਂ ਪੱਤੇ ਜਿੰਨਾ ਉਹਨਾਂ ਨੇ ਵਰਤਿਆ, ਮੈਨੂੰ ਤਾਂ ਲੱਗਦਾ ਜਦੋਂ ਮੈਂ ਰੁੱਖਾਂ ਕੋਲੋਂ ਲੰਘਦਾ ਤਾਂ ਮੈਨੂੰ ਤਾਂ ਪਾਤਰ ਸਾਹਿਬ ਉਹਦੀ ਯਾਦ ਆਉਂਦੇ ਨੇ। ਠੀਕ, ਇਹ ਉਹਨਾਂ ਲਈ ਇੱਕ ਸੱਚੀ ਸ਼ਰਧਾਂਜਲੀ ਹੈ ਮੇਰੇ ਅਨੁਸਾਰ। ਪ੍ਰੋਫੈਸਰ ਸਾਹਿਬ, ਤੁਸੀਂ ਸਾਨੂੰ ਮੁਲਾਕਾਤ ਲਈ ਵਕਤ ਦਿੱਤਾ, ਤੁਹਾਡਾ ਬਹੁਤ ਧੰਨਵਾਦ ਜੀ। ਮਿਹਰਬਾਨੀ, ਥੈਂਕ ਯੂ ਸੋ ਮੱਚ, ਥੈਂਕ ਯੂ। ਪਾਤਰ ਸਾਹਿਬ ਨੂੰ ਯਾਦ ਕਰਦੇ ਹਾਂ, ਮੈਨੂੰ ਵੀ ਖੁਸ਼ੀ ਹੋਈ ਜੀ। ਤਾਂ ਜਿਹੜੇ ਵੀ ਸਾਡੇ ਨਾਲ ਦਰਸ਼ਕ ਜੁੜੇ ਹੋਏ ਸੀ, ਤੁਸੀਂ ਉਹਨਾਂ ਦੀ ਕੋਈ ਕਵਿਤਾ ਪੜ੍ਹੀ ਹੈ ਤਾਂ ਤੁਸੀਂ ਜ਼ਰੂਰ ਉਹਨਾਂ ਦੀ ਕੋਈ ਕਵਿਤਾ ਦੀਆਂ ਲਾਈਨਾਂ ਜੋ ਵੀ ਤੁਹਾਨੂੰ ਜਿਸ ਤਰ੍ਹਾਂ ਵੀ ਯਾਦ ਨੇ, ਉੱਪਰ ਨੀਚੇ ਹੋ ਸਕਦੀ ਕਈ ਵਾਰੀ ਸ਼ਾਇਰੀ ਦੀ, ਜਿਸ ਤਰ੍ਹਾਂ ਤੁਹਾਡੀ ਸਮਝ ਦੇ ਵਿੱਚ ਜੋ ਇਸ ਟਾਈਮ ਤੁਹਾਨੂੰ ਯਾਦ ਆ ਰਿਹਾ, ਤਾਂ ਤੁਸੀਂ ਉਹ ਸ਼ੇਰ, ਉਹ ਕਵਿਤਾ ਕਮੈਂਟ ਕਰ ਸਕਦੇ ਹੋ। ਕੈਮਰੇ 'ਤੇ ਮੇਰਾ ਸਾਥ ਦੇ ਰਹੇ ਸੀ ਸੁਰਿੰਦਰ, ਮੈਂ ਮਨਪ੍ਰੀਤ ਸਿੰਘ, ਨਿਰਪੱਖ ਪੋਸਟ ਦੇ ਲਈ ਧੰਨਵਾਦ।